ਕਮੈਂਟ ਕਰਕੇ ਦੱਸਿਓ ਵੀ ਪਠਾਨੀਕੋਟ ਦਾ ਪਜਾਮਾ ਕਿਵੇਂ ਲੱਗਿਆ। ਤਾਂ ਪੂਰਾ ਟੌਪ ਨਾਲ ਵੀਰ ਨੇ ਸਿਉਂਤਾ ਲੈ ਪਿੱਛੋਂ ਬਹਿ ਜੂਗੇ। ਹਾਂਜੀ ਹਾਂਜੀ, ਕਿਵੇਂ ਲੱਗਦਾ? ਬਹੁਤ ਜ਼ਿਆਦਾ ਸੋਹਣਾ, ਪੂਰਾ ਓਕੇ ਐਨ ਐਂਡ ਕੱਪੜਾ ਵੀ ਬੜਾ ਮਲਾਈ ਵਰਗਾ, ਕੱਪੜਾ ਵੀ ਐਨ ਪੂਰਾ ਇੱਕ ਨੰਬਰ, ਨਾ ਇਹ ਚ ਵਲ ਪੈਂਦੇ ਆ। ਹਾਂਜੀ, ਪੂਰਾ ਟੌਪ ਦਾ ਕੱਪੜਾ ਆਪਾਂ ਮੰਗਵਾਇਆ, ਉਹ ਤੁਹਾਨੂੰ ਮੈਂ ਬਾਅਦ ਚ ਦੱਸੂ ਵੀ ਕਿੱਥੋਂ ਮੰਗਵਾਇਆ। ਆ ਸਾਡੇ ਠੰਡ ਚ ਵੀ ਨਹੀਂ ਹਟਦੇ ਹੈ ਖੁਸ਼? ਹਾਂਜੀ, ਹੋਏ ਹੁਣ ਤਾਂ ਠੰਡ ਅੰਦਰ ਪੈ ਜਾ। ਹਾਂ, ਨਵੇਂ ਬੂਟ ਪਾ ਲਏ ਅੱਜ? ਹਾਂਜੀ। ਲੈ ਲਓ ਜੀ, ਅੱਜ ਚਾਰੇ ਪਾਸੇ ਧੁੰਦ ਹੀ ਧੁੰਦ, ਕੱਲ ਵੀ ਬਹੁਤ ਸੀ ਧੁੰਦ, ਅੱਜ ਵੀ ਕੈਮਰੇ 'ਚ ਘੱਟ ਲੱਗਦੀ ਹੈ ਵੈਸੇ, ਧੁੰਦ ਬਹੁਤ ਜ਼ਿਆਦਾ ਹੈ ਨਾ। ਬਾਅਦ ਜੋ ਬਾਅਦ 'ਚ ਛੁੱਟੀਆਂ 'ਚ ਕਿਤੇ ਠੰਡ ਨਾ ਲਵਾ ਲਿਓ, ਵੇਖ ਕਿਵੇਂ ਨੱਚਦੀ। ਤੇਰੀ ਤੜਕੇ ਤੜਕੇ ਬਾਹਰ ਅਗਰ ਰਜਾਈ 'ਚ ਨਹੀਂ ਬੈਠਾ ਜਾਂਦਾ, ਅਸੀਂ ਕਿੰਨੇ ਰਜਾਈ 'ਚ ਬੈਠੋ, ਰਜਾਈ 'ਚ ਬੈਠੋ, ਤੁਸੀਂ ਰਜਾਈ 'ਚ ਬੈਠਦੇ ਨਹੀਂ, ਅਸੀਂ ਕਹਿੰਦੇ ਵੀ ਸਾਨੂੰ ਕੋਈ ਭਾਵੇ। ਕਿੱਥੇ ਲੱਗ ਗਿਆ? ਤੇ ਅਸੀਂ ਬੈਠਣ ਨੂੰ ਤਿਆਰ ਹਾਂ, ਸਾਡੇ ਕੰਮ ਧੰਦੇ ਆ, ਕਿਤੇ ਉਹ ਕਰ ਲਾ ਕਿਤੇ ਆਹ ਕਰ ਲਾ, ਇਹਨਾਂ ਨੂੰ ਬਾਕੀ ਤਾਂ ਬਹਿ ਜਾਓ ਰਜਾਈ 'ਚ ਬਹਿੰਦੀਆਂ ਨਹੀਂ। ਲਓ ਜੀ, ਠੰਡ ਬਹੁਤ ਅੱਜ। ਸਾਰੀਆਂ ਖਾ ਜਾਣੀਆਂ ਹੁਣ ਤੂੰ, ਲੈ ਮੈਨੂੰ ਦੇ ਦੇ ਇੱਕ, ਲੈ ਸਾਡਾ ਖੁਸ਼ ਖੰਜੂਰਾਂ ਬਹੁਤ ਖਾਂਦਾ ਵੀ, ਇਹ ਸੁੱਕੀਆਂ ਲਿਆਂਦੀਆਂ ਆਪਾਂ, ਉਹ ਇੱਕ ਜ਼ਿਆਦਾ ਹੁੰਦੀਆਂ, ਇਹ ਨੋਰਮਲ ਲਈਆਂ, ਇਹ ਵੈਸੇ ਖਾਣੀਆਂ ਚਾਹੀਦੀਆਂ ਸਿਆਲ ਦੇ ਵਿੱਚ, ਖੰਜੂਰਾਂ ਹੋ ਗਈਆਂ, ਜ਼ਿਆਦਾ ਨਾ ਖਾ ਲਈ, ਬਹੁਤ ਚੰਗੀ ਚੀਜ਼ ਆ ਵੀ ਸਿਹਤ ਲਈ, ਇਹ ਬੜੀ ਗੁਣਕਾਰੀ ਖੰਜੂਰ, ਸਿਆਲ 'ਚ ਆਪ ਵੀ ਖਾਓ ਅਤੇ ਬੱਚਿਆਂ ਨੂੰ ਵੀ ਖਵਾਓ। ਅੱਗ ਮਚਾਉਣ ਲੱਗੀਆਂ, ਤੂੰ ਨਹੀਂ ਖਾਂਦੀ ਖੰਜੂਰਾਂ? ਖਾ ਲਾ, ਇਹ ਸਾਡਾ ਦਰਪੀ ਤਾਂ ਨਹੀਂ ਖਜੂਰ ਖਾਂਦਾ, ਖੁਸ਼ ਹਾਲ ਸਾਰਾ ਕੁਛ ਖਾ ਜਾਂਦਾ। ਰਜਾਈ 'ਚ ਬਹਿ ਜਾਓ, ਅਤੇ ਅੱਗ ਬਲ ਕੇ ਬਲਾ ਨਜ਼ਾਰਾ, ਇਹਨੂੰ ਲਾ ਦਿਓ, ਲਾ ਦਿਓ, ਹੁਣ ਲਿਫਾਫਾ ਹੀ ਖਾ ਜਾਣਾ, ਇੱਕ ਹੋਰ ਦੇ ਦਿਓ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਜੀ, ਸਟਾਰ ਕਿਵੇਂ ਕਹਿਵਾਂ, ਹੋਰ ਕਿਵੇਂ ਧੁੰਦ ਕਰਾਈ ਆ, ਹੋਰ ਕਿਵੇਂ ਕੰਮ ਕਰ, ਬਣਾਤਾ ਕੁੜਤਾ, ਲੈ ਆ ਗਿਆ ਇੱਕ ਹੋਰ ਸਟਾਰ ਵੀ, ਕਿਵੇਂ ਬਣੂ ਗੱਲਬਾਤ ਪੂਰੀ ਘੈਂਟ, ਪਠਾਣੀ ਬਣਾਤਾ ਹੁਣ ਖੋਲ, ਅੱਛਾ ਮਖਾਂ ਹੀ ਪਹੁੰਚੇ, ਅੱਛਾ ਐਂ ਬਣਦੇ ਆ। ਹਾਂਜੀ ਕਿਵੇਂ ਵੀਰੇ, ਲਓ ਜੀ ਹੁਣ ਘਰੇ ਜਾ ਕੇ ਪਾ ਕੇ ਦਿਖਾਵਾਂ ਤੁਹਾਨੂੰ ਕਿਵੇਂ ਬਣਿਆ ਪਠਾਣੀ। ਹੋਰ ਸੁਣਾਓ ਜੀ, ਜਰਨੈਲ ਸਿੰਘ ਜੀ ਕਿਵੇਂ ਆ? ਵਧੀਆ ਵਧੀਆ, ਕਰ ਗਏ ਆਪਾਂ ਵੀ ਫਿਰ ਕੰਮ ਉਹ ਸ਼ੁਰੂ, ਕਦੇ ਮੌਸਮ ਨੀ ਸਹੀ ਹੋਣਾ, ਉਹ ਹੀ ਕਾਲੋ ਕਰੀ ਜਾਂਦਾ, ਦੱਸ ਖਿੱਚਦੇ ਕੰਮ ਕੁਛ ਨੀ ਹੁੰਦਾ, ਤਿਆਰੀ ਆਪਣੀ ਸਾਜੀ ਵੀ ਠੀਕ ਆ, ਲੈ ਗਿਆ ਤਾਂ ਖੁੱਲਾ ਹੀ ਬਹੁਤ ਮਜ਼ਾ ਆਉਂਦਾ ਨਾ। ਹਾਂਜੀ, ਲੋਕੀ ਆਪਾਂ ਪਹਿਲੀ ਵਾਰੀ ਪਾਉਣਾ, ਮੈਂ ਤਾਂ ਕਹਿੰਦਾ ਦੂਜੇ ਸੋ ਦੇ ਲੈ ਬੁੱਤਾ, ਹੁਣ ਜੱਚੂਗਾ ਵੇਖੋ, ਪਤਾ ਨਹੀਂ ਖੁੱਲਾ ਹੀ ਬਹੁਤ ਆਣਾ, ਹਾਂ ਇਹਦੀ ਝੋਲੀ ਵਾਵਾ ਹੁੰਦੀ ਹੈ, ਗੱਲ ਬਣ ਗਈ ਬਈ ਲੋਰੀਆਂ ਵਾਲੀ। ਹਾਂ, ਕਿਵੇਂ ਲੱਗਾ ਬਈ? ਬਹੁਤ ਜ਼ਿਆਦਾ ਸੋਹਣਾ, ਬਹੁਤ ਵਧੀਆ ਕੱਪੜਾ, ਹਾਂਜੀ ਟੌਪ ਦਾ ਹਨਾ, ਹਾਂਜੀ ਪੂਰਾ ਆਉਂਦਾ, ਬਹੁਤ ਸਹੀ ਹੈ। ਕਮੈਂਟ ਕਰਕੇ ਦੱਸਿਓ ਵੀ ਪਠਾਨੀਕੋਟ ਦਾ ਪਜਾਮਾ ਕਿਵੇਂ ਲੱਗਿਆ, ਤਾਂ ਪੂਰਾ ਟੌਪ ਨਾਲ ਵੀਰ ਨੇ ਸਿਉਂਤਾ ਲੈ ਪਿੱਛੋਂ ਬਹਿ ਜੂਗੇ। ਸਹੀ ਹੈ? ਹਾਂਜੀ ਹਾਂਜੀ, ਕਿਵੇਂ ਲੱਗਦਾ? ਬਹੁਤ ਜ਼ਿਆਦਾ ਸੋਹਣਾ, ਪੂਰਾ ਓਕੇ ਹੈ ਐਂਡ ਕੱਪੜਾ ਵੀ ਬੜਾ ਮਲਾਈ ਵਰਗਾ, ਕੱਪੜਾ ਵੀ ਐਨ ਪੂਰਾ ਇੱਕ ਨੰਬਰ, ਨਾ ਇਹ ਚ ਵਲ ਪੈਂਦੇ ਆ। ਹਾਂਜੀ, ਪੂਰਾ ਟੌਪ ਦਾ ਕੱਪੜਾ ਆਪਾਂ ਮੰਗਵਾਇਆ, ਉਹ ਤੁਹਾਨੂੰ ਮੈਂ ਬਾਅਦ ਚ ਦੱਸੂ ਵੀ ਕਿੱਥੋਂ ਮੰਗਵਾਇਆ, ਪਹਿਲਾਂ ਤੁਸੀਂ ਕਮੈਂਟ ਕਰਕੇ ਦੱਸਿਓ ਇੱਥੇ ਹੀ ਵੀ ਪਠਾਨੀਕੋਟ ਤਾਂ ਕਿੱਦਾਂ ਦਾ ਲੱਗਾ ਤੇ ਕਲਰ ਕਿੱਦਾਂ ਦਾ ਲੱਗਾ, ਤੇ ਕਲਰ ਵੀ ਮੈਨੂੰ ਲੱਗਦਾ ਮੈਨੂੰ ਤਾਂ ਪੂਰਾ ਵਧੀਆ ਤੇ ਵਾਲ ਨਹੀਂ ਪੈਂਦੇ ਇਹਦੇ ਚ। ਹਾਂਜੀ, ਤੇ ਪਜਾਮਾ ਵੇਖ ਲਓ ਪਠਾਨੀ, ਹਾਂਜੀ ਕਿਵੇਂ ਲੱਗਦਾ ਤੂੰ ਦੱਸ? ਬਹੁਤ ਜ਼ਿਆਦਾ ਸੋਹਣਾ, ਵਧੀਆ ਲੱਗਦਾ। ਹਾਂਜੀ, ਅਜੇ ਤਾਂ ਚਲੋ ਮੈਂ ਤਿਆਰ ਤੂਰ ਨਹੀਂ ਹੋਇਆ, ਜਸਟ ਆਪਾਂ ਪਾ ਕੇ ਵੇਖਿਆ ਸੀ, ਕਲਰ ਜਚਿਆ ਹੀ ਬੜਾ, ਤੇ ਜਿਹੜੇ ਵੀਰ ਨੇ ਆਪਣੇ ਨੇ ਬਣਵਾਉਣਾ ਹੋਵੇ
ਤੇ ਮਨਪ੍ਰੀਤ ਵੀਰ ਮਾਲੇ ਦੇ ਰਾਹ ਤੇ ਸ਼ਰਮੇ ਦਿਖਾਣ ਉਹ ਤੋਂ ਬਣਵਾ ਲਿਓ ਬਹੁਤ ਵਧੀਆ ਟੋਪ ਦੇ ਬਾਈ ਪਠਾਨੀਕੋਟ ਤੇ ਪਜਾਮੇ ਸਿਉਂਦਾ ਤੇ ਸੈਂਪਲ ਵੀ ਸਿਉਂਦਾ ਪੈਂਟਾਂ ਸ਼ਰਟਾਂ ਵੀ ਸਿਉਂਦਾ ਨੰਬਰ ਉੱਤੇ ਆਪਾਂ ਦੇ ਦਿੰਦੇ ਵੀਡੀਓ ਤੇ ਵੀਰ ਨਾਲ ਕਨੈਕਟ ਕਰ ਲਿਓ ਪੂਰੇ ਟੋਪ ਦੇ ਆ ਬਾਈ ਲਓ ਚੋਲੀ ਝਾਲੀ ਜਾਣ ਪੂਰੀ ਖੁੱਲੀ ਡੁੱਲੀ ਆ ਨਹੀਂ ਬਹੁਤ ਸੋਹਣਾ ਬਣ ਗਿਆ ਹਾਂਜੀ ਮੇਰੀ ਰੀਸ ਸੀ ਬਾਈ ਤੇ ਜਿਵੇਂ ਕਿ ਆਪਣੇ ਪਾਕਿਸਤਾਨੀ ਲਹਿੰਦੇ ਪੰਜਾਬ ਵਾਲੇ ਜਿਹੜੇ ਵੀਰ ਪਾਉਂਦੇ ਸੀ ਤੇ ਮੈਨੂੰ ਉਹਨਾਂ ਵਰਗਾ ਬਣਾਉਣ ਦਾ ਸ਼ੌਂਕ ਹੀ ਸੀਗਾ ਤੇ ਆਪਾਂ ਸ਼ੌਂਕ 'ਚ ਬਣਵਾ ਲਿਆ ਪਹਿਲਾਂ ਵੀ ਉਹ ਲੁੱਪੀਆਂ ਲਵਾ ਕੇ ਪਹਿਲਾਂ ਵੀ ਆਪਾਂ ਇੱਕ ਕੁੜਤਾ ਪਜਾਮਾ ਬਣਵਾਇਆ ਸੀਗਾ ਬਲੂ ਕਲਰ ਦਾ ਹੁਣ ਥੋੜ੍ਹਾ ਜਿਹਾ ਆਪਾਂ ਹੋਰ ਖੁੱਲ੍ਹਾ ਰਖਵਾਇਆ ਵਧੀਆ ਲੱਗਦਾ ਬਹਿੰਦੀਆਂ ਕਿ ਨਹੀਂ ਤੁਸੀਂ ਟਿੱਕੇ ਠੰਡ 'ਚ ਤੁਸੀਂ ਬਹਿੰਦੀਆਂ ਨਹੀਂ ਆ ਸਾਡੀਆਂ ਕੁੜੀਆਂ ਬਹਿੰਦੀਆਂ ਨਹੀਂ ਜਮਾਂ ਠੰਡ ਦੇ ਵਿੱਚ ਇੰਨੀ ਧੁੰਦ ਆ ਖੁਸ਼ ਨੂੰ ਕਿੱਧਰ ਲੈ ਚੱਲਿਆ ਤੇ ਬੈਠਾ ਨਹੀਂ ਜਾਂਦਾ ਦਿੱਤੋ ਬੈਠਾ ਨਹੀਂ ਜਾਂਦਾ ਦਿੱਤੋ ਤਾਂ ਇਹ ਡੈਕਣਾ ਪੈਣ ਡੈਕ ਹਾਂ ਸਿਮਿਆ ਕਿਵੇਂ ਕਿਵੇਂ ਵਾ ਬਚਿਆ ਠੰਡ ਤੋਂ ਕੁੜਤਾ ਵਧੀਆ ਲੱਗਦਾ ਆਪਣਾ ਮੈਂ ਪੂਰਾ ਪੂਰਾ ਟੌਪ ਆ ਵਧੀਆ ਜਿਵੇਂ ਮੁੰਡੇ ਨੇ ਵੀ ਕਹਿੰਦਾ ਵੀ ਸਿਲੈਕਟ ਆ ਸਹੀ ਆ ਓਕੇ ਆ ਤੇ ਬਾਕੀ ਮੈਨੂੰ ਵਧੀਆ ਲੱਗਾ ਓਕੇ ਆ ਰਿਪੋਰਟਾਂ ਜਮਾਂ ਘੈਂਟ ਸਵਾਲ ਇਹੋ ਜੇ ਕਿਸੇ ਨੇ ਸੁਣਿਆ ਹੋਇਆ ਤਾਂ ਮਨਪ੍ਰੀਤ ਵੀਰ ਤੋਂ ਸ਼ਰਮੇ ਤੋਂ ਸਵਾਲ ਆ ਜੋ ਤੇ ਬਹੁਤ ਵਧੀਆ ਸਟਿਚ ਕਰਦਾ ਵੀ ਕੱਪੜੇ ਤੇ ਘੈਂਟ ਪੂਰਾ ਪੂਰੀਆਂ ਮੱਛਰੀਆਂ ਪੂਰੀਆਂ ਠੰਡ ਦੇ ਵਿੱਚ ਬਹਿੰਦੀਆਂ ਨੇ ਰਜਾਈ 'ਚ ਬਹਿ ਜਾਓ ਇੰਨੀ ਠੰਡ ਆ ਕੁਛ ਨਾ ਕੁਛ ਖਾਈ ਜਾਂਦੀਆਂ ਕਿਤੇ ਲੇਜ ਖਾ ਲਏ ਕਿਤੇ ਕੁਰਕਰੇ ਖਾ ਲਏ ਆਣ ਸੰਤਰੇ ਖਾਈ ਜਾਂਦੀਆਂ ਹਾਂਜੀ ਦੱਸੋ ਬੋਲੋ ਕੁਛ ਅਸੀਂ ਕਿਹੜਾ ਹਟਦੇ ਹਾਂ ਅਸੀਂ ਵੀ ਖਾਈ ਜਾਂਦੇ ਇਹ ਤਾਂ ਭਰਾ ਸਾਡਾ ਲੈ ਕੇ ਆਇਆ ਕੀ ਹਾਲ ਚਾਲ ਹੈ ਠੀਕ ਠਾਕ ਹੈ ਹਾਂ ਵੇਖ ਲਓ ਕਿੰਨੂ ਹੀ ਕਿੰਨੂ ਲੈ ਕੇ ਆਏ ਸੰਤਰੇ ਇਹ ਲੈ ਕੇ ਆਇਆ ਗੰਗਾਨਗਰ ਦੇ ਏਰੀਏ 'ਚੋਂ ਹੋਰ ਸੁਣਾ ਭਾਊ ਕੀ ਹਾਲ ਚਾਲ ਹੈ ਠੀਕ ਠਾਕ ਕਾਇਮ ਸੇਤਾਂ ਢਿੱਲਾ ਜਿਹਾ ਬੋਲਦਾ ਅੱਜ ਹਾਂ ਖਵਾ ਦਿੰਦੇ ਗੱਲ ਕਿਹੜੀ ਕਰਦਾ ਪਹਿਲਾਂ ਸੰਤਰੇ ਨਾ ਖਵਾ ਦਈਏ ਹੋਰ ਸੁਣਾ ਵਧੀਆ ਆਹ ਸਾਡੀਆਂ ਰਾਜਦੀਆਂ ਨਹੀਂ ਆਹ ਵੇਖ ਲਓ ਭਰ ਕੇ ਲਿਆ ਸ਼ਿਕੂ ਕੀ ਲੱਗਦੀ ਗਰਮੀ ਆਹ ਵੀ ਧੁੱਪ ਨਿਕਲਾ ਸੀ ਸੂਰਜ ਨਿਕਲਾ ਧੁੰਦ ਹੀ ਬੜੀ ਪਈ ਰਾਤ ਦੀ ਵਿਊ ਵੇਖਣਾ ਪਿੰਡ ਦਾ ਲਓ ਜੀ ਅੱਜ ਕਾਫੀ ਦਿਨਾਂ ਬਾਅਦ ਉੱਪਰ ਚੜੇ ਛੱਤ 'ਤੇ ਸੂਰਜ ਨਿਕਲਿਆ ਅਸੀਂ ਕਿਹਾ ਚਲੋ ਗੇੜਾ ਛੇੜਾ ਕੱਢ ਲਈਏ ਅੱਜ ਲੰਗਰ ਲੱਗਾ ਆਪਣਾ ਮੰਡੀ 'ਚ ਹੈ ਨਾ ਮੰਡੀ 'ਚ ਲੱਗਾ ਲੰਗਰ ਅਤੇ ਆਵਾਜ਼ ਸੁਣਦੀ ਆ ਧੁੰਦ ਫਿਰ ਪਵੇਗੀ ਅੱਜ ਵੈਸੇ ਧੁੰਦ ਤਾਂ ਹੁਣ ਵੇਲੇ ਨਾਲ ਡਿੱਗ ਪੈਂਦੀ ਆ ਬਈ ਟਾਈਮ ਵੇਖ ਲਓ ਹਜੇ ਛਾਂ ਹਾਂ 7 ਵਜੇ ਆ ਕਿ 6 7 ਵੱਜ ਗਏ ਨਾ 7 ਵੱਜ ਗਏ ਅਤੇ ਧੁੰਦ ਵੇਖ ਲਓ ਪਹਿਲਾਂ ਹੀ ਆ ਗਈ ਆ ਪੂਰੀ ਧੁੰਦ ਆ ਉਹ ਕੈਮਰੇ 'ਚ ਤਾਂ ਨਹੀਂ ਲੱਗਦੀ ਵੈਸੇ ਧੁੰਦ ਹੁਣ ਸ਼ਾਮ ਨੂੰ ਅੱਜ ਕਹਿੰਦੇ ਜ਼ਿਆਦਾ ਸੰਘਣੀ ਪੈਣੀ ਆ ਠੰਡ ਓਨੀ ਹੈ ਨਹੀਂ ਧੁੰਦ ਬਹੁਤ ਜ਼ਿਆਦਾ ਆ ਸ਼ਾਮ ਜਿਵੇਂ ਥੋੜ੍ਹੇ ਬਿਜ਼ੀ ਹੋ ਗਏ ਵਲੋਗ ਨਹੀਂ ਬਣਾਇਆ ਅਤੇ ਮੈਂ ਕਿਹਾ ਚੱਲ ਅੱਜ ਵਾਲਾ ਵਲੋਗ ਛੋਟਾ ਹੀ ਹੋਊਗਾ ਕਿਉਂਕਿ ਥੋੜ੍ਹੇ ਜਿਹੇ ਵਿਅਸਤ ਆ
ਤੇ ਬਿਜੀ ਕਰਕੇ ਇਹ ਜਗੀ ਜਾਣ ਦੀ ਬਾਹਰਲੀ ਲਾਈਟ। ਹਾਂ ਤੇ ਉਹ ਵਲੌਗ ਛੋਟਾ ਹੀ ਹੋਊਗਾ ਤੇ ਸ਼ਹੀਦੀ ਦਿਨ ਚੱਲ ਰਹੇ ਆ ਤੇ ਆਪਾਂ ਕੁਝ ਕੁ ਦਿਨ ਬਾਹਰ ਨਹੀਂ ਗਏ ਕਿਉਂਕਿ ਧੁੰਦ ਧੁੰਦ ਦਾ ਮੌਸਮ ਆ। ਥੋੜ੍ਹੇ ਕੁ ਦਿਨਾਂ ਤੱਕ ਜਾਵਾਂਗੇ